हेलो एवरीवन वेलकम टू मीट स्टडी हब आज अब आप पंजाबी ਦਾ ਅਵੇਟਡ ਵੀਡੀਓ ਕਵਰ ਕਰਾਂਗੇ ਕਹਾਣੀ ਲੰਮੀ ਕਹਾਣੀ ਕੀ ਹੁੰਦੀ ਹੈ ਨਿੱਕੀ ਕਹਾਣੀ ਕੀ ਹੁੰਦੀ ਹੈ ਅਤੇ ਮਿੰਨੀ ਕਹਾਣੀ ਕੀ ਹੁੰਦੀ ਹੈ ਬਹੁਤ ਹੀ ਇੰਟਰਸਟਿੰਗ ਟਾਪਿਕ ਹੈ ਬਹੁਤ ਅਵੇਟਡ ਵੀਡੀਓ ਸੀ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਦੋਸਤੋ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਿਨਾਂ ਸਕਿਪ ਕਰੇ ਦੇਖਿਓ ਤੇ ਨਾਲ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਜੋਇਨ ਕਰ ਸਕਦੇ ਬਿਕੋਜ਼ ਬਹੁਤ ਸਾਰੀਆਂ ਅਪਡੇਟਸ ਮੈਂ ਉੱਥੇ ਦਿੰਦੀ ਰਹਿੰਦੀ ਆ ਜਿਹੜੇ ਵੀ ਬੱਚੇ ਹਿਸਟਰੀ, ਸੋਸ਼ੀਓਲੋਜੀ ਅਤੇ ਰਿਲੀਜੀਅਨ ਆਪਟ ਕੀਤਾ ਹੋਇਆ ਹੈ ਆਲਰੇਡੀ ਮੇਰੇ ਚੈਨਲ ਦੇ ਉੱਤੇ ਕਾਫੀ ਸਾਰੇ ਕਨਸੈਪਟ ਨੇ ਸੋ ਚੈੱਕ ਆਊਟ ਜ਼ਰੂਰ ਕਰਿਓ ਇੰਪੋਰਟੈਂਟ ਕੁਐਸਚਨਸ ਰਿਗਾਰਡਿੰਗ ਵੀ ਵੀਡੀਓਜ਼ ਪਾਈਆਂ ਹੋਈਆਂ ਚੈੱਕ ਆਊਟ ਜ਼ਰੂਰ ਕਰਨਾ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕਹਾਣੀ ਹੁੰਦੀ ਕੀ ਹੈ ਜਦੋਂ ਵੀ ਇਹ ਕੁਐਸਚਨ ਆਵੇ ਕਿ ਨਿੱਕੀ ਕਹਾਣੀ ਕੀ ਹੁੰਦੀ ਹੈ ਲੰਮੀ ਕਹਾਣੀ ਕੀ ਹੁੰਦੀ ਹੈ ਮਿੰਨੀ ਕਹਾਣੀ ਕੀ ਹੁੰਦੀ ਹੈ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਜ਼ਰੂਰ ਦੇਣੀ ਹੈ ਕਿ ਕਹਾਣੀ ਹੁੰਦੀ ਕੀ ਹੈ ਤਾਂ ਕਹਾਣੀ ਜਿਹੜੀ ਹੈਗੀ ਆ ਅੱਜ ਦੇ ਯੁੱਗ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨੀ ਜਾਂਦੀ ਹੈ ਬਿਕੋਜ਼ ਜਿਹੜਾ ਲਿਟਰੇਚਰ ਸਾਹਿਤ ਹੈਗਾ ਇਹ ਸਾਹਿਤ ਦੀ ਹੀ ਇੱਕ ਵਿਦਾ ਮਤਲਬ ਕਿ ਇੱਕ ਰੂਪ ਹੈਗਾ ਕਹਾਣੀ ਸਾਹਿਤ ਦਾ ਮਹੱਤਵਪੂਰਨ ਅੰਗ ਹੈਗੀ ਹੈ ਕਹਾਣੀ ਦਾ ਅੱਜ ਦੇ ਰੁਝੇਵੇਂ ਵਾਲੇ ਜੀਵਨ ਵਿੱਚ ਬਹੁਤ ਮਤਵ ਹੈ ਦੇਖੋ ਅੱਜਕੱਲ ਕੋਈ ਵੀ ਕਿਸੇ ਕੋਲ ਲੰਨਾ ਟਾਈਮ ਨਹੀਂ ਹੈ ਕਿ ਉਹ ਨਾਵਲ ਪੜੇ ਜਾਂ ਨੋਬਲੇਟ ਪੜੇ ਜਾਂ ਕੋਈ ਮਹਾਕਾਵ ਪੜੇ ਤਾਂ ਉਹ ਕੀ ਕਰਦੇ ਨੇ ਸਟੋਰੀਜ਼ ਚੱਕ ਲੈਂਦੇ ਨੇ ਠੀਕ ਹੈ ਜਿਸ ਦੇ ਕੋਲ ਥੋੜਾ ਜਿਆਦਾ ਟਾਈਮ ਹੈ ਉਲੰਬੀ ਕਹਾਣੀ ਨੂੰ ਪੜ ਲੈਂਦਾ ਜਿਹਦੇ ਕੋਲੇ ਘੱਟ ਟਾਈਮ ਹੈ ਉਹ ਮਿਨੀ ਜਾਂ ਫਿਰ ਨਿੱਕੀ ਕਹਾਣੀ ਨੂੰ ਪੜ ਲੈਂਦਾ ਸੋ ਕਹਾਣੀ ਵਿੱਚ ਰਚਨਾਤਮਕਤਾ ਪਾਈ ਜਾਂਦੀ ਹੈ ਬਿਕੋਜ਼ ਆਪਾਂ ਮਤਲਬ ਕੁਝ ਕਮੈਂਟਾਂ ਦੇ ਵਿੱਚ ਹੀ ਜਿਹੜਾ ਹੈਗਾ ਕਹਾਣੀ ਦੇ ਅੰਤ ਤੱਕ ਪਹੁੰਚ ਜਾਂਦੇ ਆ ਸੋ ਕਲਾਤਮਕਤਾ ਪਾਈ ਜਾਂਦੀ ਹੈ ਰਚਨਾਤਮਕਤਾ ਪਾਈ ਜਾਂਦੀ ਹੈ ਇਹ ਸਾਡੇ ਜੀਵਨ ਦਾ ਅੰਗ ਬਣ ਗਈ ਹੈ ਇਹ ਜੀਵਨ ਵਿੱਚ ਪਰਚਾਵਾ ਲੈ ਕੇ ਆਉਂਦੀ ਹੈ ਬਿਕੋਜ਼ ਜਦੋਂ ਵੀ ਅਸੀਂ ਬੋਰ ਹੁੰਨੇ ਆ ਅਸੀਂ ਕਹਾਣੀ ਪੜ ਲੈਂਦੇ ਆ ਕਹਾਣੀਆਂ ਮੌਖਿਕ ਵੀ ਹੋ ਸਕਦੀਆਂ ਮਤਲਬ ਔਰਲ ਵੀ ਹੋ ਸਕਦੀਆਂ ਸੁਣ ਸੁਣਾ ਕੇ ਵੀ ਹੋ ਸਕਦੀਆਂ ਨੇ ਹਨਾ ਤੇ ਲਿਖਤੀ ਰੂਪ ਵਿੱਚ ਵੀ ਹੋ ਸਕਦੀਆਂ ਨੇ ਹੁਣ ਅੱਜਕੱਲ ਤਾਂ ਇੱਕ ਮੈਥਡ ਚੱਲ ਰਿਹਾ ਹੈਗਾ ਕਿ ਪੋਡਕਾਸਟ ਰਾਹੀਂ ਆਪਾਂ ਕਨ ਵਿੱਚ ਹੈੱਡਫੋਨ ਲਗਾ ਲੈਨੇ ਤੇ ਕਹਾਣੀਆਂ ਜਿਹੜੀਆਂ ਹੈਗੀਆਂ ਸੁਣੀ ਜਾਂਦੇ ਆ ਸੋ ਪੋਡਕਾਸਟ ਇੱਕ ਔਰਲ ਵਾਲੀ ਜਿਹੜੀ ਹੈਗੀ ਹੈ ਵਿਧਾ ਹੈਗੀ ਹੈ ਸਾਧਨ ਹੈਗਾ ਕਿ ਜਿਹਦੇ ਰਾਹੀਂ ਮੈਥਡ ਹੈਗਾ ਜਿਹਦੇ ਰਾਹੀਂ ਅਸੀਂ ਆਨਲਾਈਨ ਸੁਣ ਸਕਦੇ ਆ ਕਹਾਣੀਆਂ ਨੂੰ ਸੋ ਬਹੁਤ ਇੰਟਰਸਟਿੰਗ ਹੁੰਦੀ ਹੈ ਜਿਨ੍ਹਾਂ ਦਾ ਟਾਈਮ ਨਹੀਂ ਪਾਸ ਹੋ ਰਿਹਾ ਤਾਂ ਆਪਾਂ ਦੇਖ ਲੈਂਦੇ ਆ ਸੁਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਰੇਡੀਓ ਦੇ ਵਿੱਚ ਰੰਗਮੰਚਾਂ ਦੇ ਉੱਤੇ ਜਿਹੜੀਆਂ ਹੈਗੀਆਂ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਪਾਈਆਂ ਜਾਂਦੀਆਂ ਨੇ ਜਿਹੜੇ ਹੁੰਦੇ ਆ ਅਖਬਾਰ ਵਾਲੇ ਉਹ ਆਪਣੇ ਅਖਬਾਰ ਨੂੰ ਰੋਚਕ ਬਣਾ ਲਈ ਇੰਟਰਸਟਿੰਗ ਬਣਾ ਲਈ ਕਹਾਣੀਆਂ ਛਾਪਦੇ ਰਹਿੰਦੇ ਨੇ ਚਾਹੇ ਉਹ ਮਿੱਕੀ ਨਿੱਕੀ ਕਹਾਣੀ ਹੋਵੇ ਚਾਹੇ ਮਿੰਨੀ ਕਹਾਣੀ ਹੋਵੇ ਚਾਹੇ ਲੰਮੀ ਕਹਾਣੀ ਹੋਵੇ ਸੋ ਸਾਡੇ ਸੱਭਿਆਚਾਰ ਦਾ ਇਹ ਅਟੁੱਟ ਹਿੱਸਾ ਨੇ ਅਤੇ ਭੂਤਕਾਲ ਤੋਂ ਹੀ ਚੱਲੀ ਆ ਰਹੀਆਂ ਮਤਲਬ ਦਾਦੀਆਂ ਨਾਨੀਆਂ ਵੀ ਆਪਾਂ ਨੂੰ ਕਹਾਣੀਆਂ ਸੁਣਾਉਂਦੇ ਸੀ ਤੋਂ ਪਾਸਟ ਤੋਂ ਚੱਲੀ ਆ ਰਹੀਆਂ ਨੇ ਵੱਖ-ਵੱਖ ਪਛਾਵਾਂਾਂ ਦੇ ਉੱਤੇ ਹੁੰਦੀਆਂ ਨੇ ਠੀਕ ਹੈ ਕਦੇ ਨਾ ਖਤਮ ਹੋਣ ਵਾਲੀਆਂ ਹੁੰਦੀਆਂ ਬਿਕੋਜ਼ ਕਹਾਣੀਆਂ ਖਦੇ ਖਤਮ ਨਹੀਂ ਹੁੰਦੀਆਂ ਇਹ ਹਿਸਟੋਰੀਕਲ ਇਵੈਂਟਸ ਤੇ ਵੀ ਹੋ ਸਕਦੇ ਆ ਪ੍ਰੈਜ਼ੈਂਟ ਜੋ ਕੁਝ ਚੱਲ ਰਿਹਾ ਉਸ ਦੇ ਅਕੋਰਡਿੰਗ ਵੀ ਹੋ ਸਕਦੇ ਨੇ ਸੋ ਸਾਡੀ ਜ਼ਿੰਦਗੀ ਵਿੱਚ ਕਹਾਣੀਆਂ ਸਮਾਈਆਂ ਹੋਈਆਂ ਨੇ ਕਹਾਣੀਆਂ ਵੱਖ-ਵੱਖ ਪ੍ਰਕਾਰ ਦੀਆਂ ਹੋ ਸਕਦੀਆਂ ਮਿੰਨੀ ਕਹਾਣੀ ਨਿੱਕੀ ਕਹਾਣੀ ਲੰਮੀ ਕਹਾਣੀ ਕਈ ਵਾਰੇ ਨਾਵਲ ਜਿਹੜੀਆਂ ਲੰਬੀਆਂ ਵੀ ਹੋ ਜਿੰਨੇ ਨਾਵਲੇਟਸ ਜਿਹੜੀਆਂ ਵੀ ਲੰਬੀਆਂ ਹੁੰਦੀਆਂ ਲੇਕਿਨ ਕਹਾਣੀਆਂ ਇਹਨਾਂ ਤਾਂ ਕਹਿੰਦੇ ਆ ਬਿਕੋਜ਼ ਇਹਨਾਂ ਚ ਜਿਹੜੇ ਕਰੈਕਟਰ ਹੁੰਦੇ ਆ ਉਹ ਬਹੁਤ ਘੱਟ ਹੁੰਦੇ ਆ ਨਾਵਲ ਦੇ ਵਿੱਚ ਕਾਫੀ ਕਾਫੀ ਸਾਰੇ ਕਰੈਕਟਰਸ ਹੋ ਸਕਦੇ ਨੇ ਲੇਕਿਨ ਕਹਾਣੀਆਂ ਵਿੱਚ ਕਰੈਕਟਰ ਬਹੁਤ ਘੱਟ ਹੁੰਦੇ ਤੇ ਨਾਵਲ ਤੇ ਕਹਾਣੀ ਵਿੱਚ ਇਹ ਅੰਤਰ ਹੈ ਕਿ ਜਿਹੜੇ ਕਰੈਕਟਰ ਹੁੰਦੇ ਨੇ ਨਿੱਕੀ ਮਿੰਨੀ ਅਤੇ ਲੰਮੀ ਕਹਾਣੀ ਵਿੱਚ ਘਟਉਂਦੇ ਲੇਕਿਨ ਨਾਵਲ ਦੇ ਵਿੱਚ ਕਾਫੀ ਕਾਫੀ 10 ਤੋਂ 12 ਤੱਕ ਕੈਰੈਕਟਰ ਵੀ ਹੋ ਸਕਦੇ ਨੇ ਸੋ ਇਹ ਕਾਲਪਨਿਕ ਮਤਲਬ ਸਾਡੀ ਕਲਪਨਾ ਫਿਕਸ਼ਨਸ ਵੀ ਹੋ ਸਕਦੇ ਆ ਅਤੇ ਯਥਾਰਥਕ ਵੀ ਹੋ ਸਕਦੇ ਆ ਮਤਲਬ ਕੋਈ ਰੀਅਲ ਰੀਅਲ ਅਗਰ ਅਪਾ ਸਟੋਰੀ ਪਾਣੇ ਆ ਤਾਂ ਅਸੀਂ ਕਿਸੇ ਰੀਅਲ ਘਟਨਾ ਦੀ ਸਟੋਰੀ ਪਾਣੇ ਤਾਂ ਉਹ ਰੀਅਲ ਹੋ ਜਾਂਦੀ ਹੈ ਕਿ ਹਾਂ ਇਹ ਚੀਜ਼ ਹੋਈ ਸੀ ਤੇ ਕਈ ਸਾਡੀ ਇਮੇਜਿਨੇਟਰੀ ਵੀ ਹੁੰਦੀਆਂ ਨੇ ਕਿ ਅਸੀਂ ਇਮੇਜਿਨ ਕਰਦੇ ਇਮੇਜਿਨਰੀ ਵੀ ਹੋ ਸਕਦੀਆਂ ਨੇ ਸੋ ਨਿੱਕੀ ਕਹਾਣੀ ਦਾ ਅਰਥ ਕੀ ਹੁੰਦਾ ਸੋ ਨਿੱਕੀ ਕਹਾਣੀ ਜਿਹੜੀ ਹੁੰਦੀ ਹੈਗੀ ਹੈ ਇਹੇ ਕੋੜੇ ਦੀ ਦੌੜ ਨਹੀਂ ਹੁੰਦੀ ਜਿਵੇਂ ਹਨਾ ਤਾਂ ਉਹਦੇ ਵਾਂਗੂ ਹੁੰਦੀ ਹੈਗੀ ਹੈ ਤੇ ਅੰਤ ਅਤੇ ਇਹਦੀ ਸਟਾਰਟਿੰਗ ਮਤਲਬ ਸਟਾਰਟ ਅਤੇ ਅੰਤ ਜਿਹੜਾ ਹੈਗਾ ਆਦ ਅੰਤ ਦੋਨੋਂ ਮਹੱਤਵਪੂਰਨ ਹੁੰਦੇ ਨੇ ਇਹ ਮਨੁੱਖ ਤੇ ਤਿੱਖਾ ਪ੍ਰਭਾਵ ਪਾਉਂਦੀਆਂ ਨੇ ਇਮੀਡੀਏਟਲੀ ਅਸੀਂ ਰਿਜ਼ਲਟ ਤੇ ਪਹੁੰਚ ਜਾਂਦੇ ਹਾਂ ਨਿੱਕੀ ਕਹਾਣੀ ਦੇ ਵਿੱਚ ਨਿੱਕੀ ਕਹਾਣੀ ਜੀਵਨ ਦੇ ਕਿਸੇ ਖਾਸ ਇੱਕ ਪੱਖ ਦਾ ਬਨਣ ਹੁੰਦੀ ਹੈ ਠੀਕ ਹੈ ਜੀ ਇੱਕ ਪੱਖ ਦਾ ਓਨਲੀ ਇੱਕ ਪੱਖ ਦੇ ਬਾਰੇ ਜੜਾ ਹੁੰਦਾ ਲੇਕਿਨ ਲੰਮੀ ਕਹਾਣੀ ਜਿਹੜੀ ਹੈਗੀ ਆ ਉਹ ਕਾਫੀ ਸਾਰੇ ਪੱਖਾਂ ਨੂੰ ਮੱਦੇ ਨਜ਼ਰ ਰੱਖ ਕੇ ਬਣਾਈ ਗਈ ਹੁੰਦੀ ਹੈ ਇਹ ਇਹਨਾਂ ਦਾ ਲੰਮੀ ਕਹਾਣੀ ਤੇ ਨਿੱਕੀ ਕਹਾਣੀ ਦਾ ਡਿਫਰੈਂਸ ਹੈ ਹੌਲੀ ਹੌਲੀ ਮੈਂ ਤੁਹਾਨੂੰ ਡਿਫਰੈਂਸ ਵੀ ਇਹਨਾਂ ਦਾ ਦੱਸਦੀ ਜਾ ਉਸ ਤੋਂ ਬਾਅਦ ਹੈ ਨਿੱਕੀ ਕਹਾਣੀ ਦੀਆਂ ਵਿਸ਼ੇਸ਼ਤਾਵਾਂ ਅਤੇ ਤੱਤ ਕੀ ਹੁੰਦੇ ਹਨ ਹੁਣ ਨਿੱਕੀ ਕਹਾਣੀ ਹੈਗੀ ਆ ਓਬਵੀਅਸ ਜੀ ਗੱਲ ਹੈਗੀ ਕਿ ਇਹਦਾ ਆਕਾਰ ਕੀ ਹੋਏਗਾ ਛੋਟਾ ਹੋਏਗਾ ਤਾਂ ਨਿੱਕੀ ਕਹਾਣੀ ਦਾ ਜਿਹੜਾ ਆਕਾਰ ਹੁੰਦਾ ਹੈ ਉਹ ਛੋਟਾ ਹੁੰਦਾ ਹੈ ਸਿਰਫ ਇੱਕ ਵਿਸ਼ੇਸ਼ ਪੱਖ ਦਾ అనుਭਵ ਦਾ ਹੀ ਪ੍ਰਗਟਾਵਾ ਕਰਦੀ ਹੈ ਸਿਰਫ ਇੱਕ ਘਟਨਾ ਦਾ ਹੀ ਜਿਹੜਾ ਹੈਗਾ ਪ੍ਰਸੰਗ ਪੇਸ਼ ਕਰਦੀ ਹੈ ਸਾਡੇ ਅੱਗੇ ਇੱਕ ਵਿਸ਼ੇਸ਼ ਪੱਖ ਤੇ ਹੀ ਰੋਸ਼ਨੀ ਪਾਉਂਦੀ ਹੈ ਰੋਚਕਤਾ ਓਬਵੀਅਸ ਜੀ ਗੱਲ ਹੈ ਨਿੱਕੀ ਕਹਾਣੀ ਹੈਗੀ ਹੈ ਜਲਦੀ ਜਲਦੀ ਪੜੀ ਰਿਜ਼ਲਟ ਤੇ ਪਹੁੰਚੇ ਠੀਕ ਹੈ ਸਾਨੂੰ ਇੰਟਰਸਟ ਵੀ ਆਇਆ ਤੇ ਸਿੱਧ ਸਮਝ ਵੀ ਲਿਆ ਕਿ ਇਹਦੇ ਵਿੱਚ ਕੀ ਕਿਹਾ ਗਿਆ ਸੋ ਰੋਚਕਤਾ ਹੁੰਦੀ ਹੈ ਪ੍ਰਭਾਵਸ਼ਾਲੀਪਣ ਹੁੰਦਾ ਨਿੱਕੀ ਕਹਾਣੀ ਵਿੱਚ ਰੋਚਕਤਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਸਾਡੇ ਦਿਲ ਅਤੇ ਵਿਮਾਰਗ ਤੇ ਸਿੱਧਾ ਪ੍ਰਭਾਵ ਪਾਉਂਦੀ ਹੈ ਲਾਈਕ ਜਿਸ ਨੇ ਵੀ ਕੁਲਫੀ ਵਾਲੀ ਕਹਾਣੀ ਪੜ੍ਹੀ ਹੋਵੇ ਤਾਂ ਕੁਲਫੀ ਵਾਲੀ ਜਿਹੜੀ ਕਹਾਣੀ ਸੀ ਸੁਜਾਨ ਸਿੰਘ ਦੀ ਬਹੁਤ ਫੇਮਸ ਨਿੱਕੀ ਕਹਾਣੀ ਹੈ ਇਸ ਦੇ ਵਿੱਚ ਇੱਕ ਤਾਂ ਇਹ ਦੱਸਿਆ ਗਿਆ ਕਿ ਬੱਚਾ ਕੁਲਫੀ ਲੈਂਡ ਦੀ ਜਿੱਤ ਕਰਦਾ ਦੂਜੇ ਪਾਸੇ ਦੱਸਿਆ ਗਿਆ ਕਿ ਸ਼ੋਸ਼ਣ ਹੋ ਰਿਹਾ ਕਿਦਾਂ ਮਹਿੰਗੀਆਂ ਨੇ ਚੀਜ਼ਾਂ ਹਨਾ ਤੇ ਆਮ ਜਿਹੜਾ ਬੰਦਾ ਹੈਗਾ ਆਪਣਾ ਗੁਜ਼ਰਬਸਰ ਨਹੀਂ ਕਰ ਸਕਦਾ ਸੋ ਐਦਾਂ ਜਿਹੜਾ ਹੈ ਮਹਾਨ ਘਟਨਾਵਾਂ ਤੇ ਵੀ ਜਿਹੜਾ ਹੈ ਇੱਕ ਤਾਂ ਉਹ ਪੱਖ ਉਜਾਗਰ ਕੀਤਾ ਕਿ ਬੱਚਾ ਕਿਦਾਂ ਕੁਲਫੀ ਲਈ ਜਿੱਤ ਕਰਦਾ ਉਹਦੀ ਮਨੋਭਾਵਨਾ ਤੇ ਨਾਲ ਹੀ ਉਸ ਦੇ ਫਾਦਰ ਦੀ ਮਨੋਭਾਵਨਾ ਵੀ ਦੱਸੀ ਕਿ ਸੋ ਐਦਾਂ ਜਿਹੜਾ ਹੈਗਾ ਇਹ ਕਲਾਤਮਕ ਪੱਖ ਵੀ ਦੱਸ ਦਈਏ ਸੁਖਲਾਤਮਕ ਦਾ ਅਰਥ ਹੈ ਕਿ ਨਿੱਕੀ ਕਹਾਣੀ ਕਲਾਤਮਕਤਾ ਇਸ ਦੇ ਵਿੱਚ ਬਹੁਤ ਹੁੰਦੀ ਹੈ ਅਤੇ ਕਲਾਤਮਕ ਤਰੀਕਨਾ ਮਤਲਬ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਵੇ ਦੇ ਨਾਲ ਸਾਨੂੰ ਜਿਹੜਾ ਹੈਗਾ ਪੇਸ਼ ਕੀਤੀ ਜਾਂਦੀ ਹੈ ਅਤੇ ਇਸੀਆਂ ਘਟਨਾਵਾਂ ਸਰਲ ਹੁੰਦੀ ਹੈ ਨਿੱਕੀ ਕਹਾਣੀ ਹੈ ਨਾ ਜਿਹੜੀ ਸਰਲ ਹੁੰਦੀ ਹੈ ਆਸਾਨ ਹੁੰਦੀ ਹੈ ਜਲਦੀ ਜਲਦੀ ਸਮਝ ਆ ਜਾਂਦੀ ਹੈ ਦੂਜੀ ਗੱਲ ਹੈਗੀ ਹੈ ਕਿ ਇਸ 'ਚ ਰੋਚਕਪੁਣਾ ਪਾਇਆ ਜਾਂਦਾ ਹੈਗਾ ਹੁਣ ਨਿੱਕੀ ਕਹਾਣੀ ਦੇ ਵਿੱਚ ਜਿਹੜਾ ਹੈਗਾ ਰੋਚਕਤਾ ਪਾਈ ਜਾਂਦੀ ਹੈ ਕਿਉਂਕਿ ਇੱਕ ਹੋਰ ਚੀਜ਼ ਹੈਗੀ ਹੈ ਕਿ ਨਿੱਕੀ ਕਹਾਣੀ ਜਿਹੜੀ ਹੈਗੀ ਹੈ ਲੋਕਲ ਲੈਂਗੁਏਜ ਦੇ ਵਿੱਚ ਹੁੰਦੀ ਹੈ ਲਾਈਕ ਆਪਣੀ ਪੰਜਾਬੀ ਮਲਵਈ ਭਾਸ਼ਾ ਹੈਗੀ ਤਾਂ ਮਲਵਈ ਰੂਪ ਦੇ ਵਿੱਚ ਹੀ ਜਿਹੜੀਆਂ ਹੁੰਦੀਆਂ ਨੇ ਕਹਾਣੀਆਂ ਹੁੰਦੀਆਂ ਨੇ ਆਪਣੇ ਏਰੀਏ ਦੀਆਂ ਹੁੰਦੀਆਂ ਨੇ ਹੈਨਾ ਸੋ ਇਹ ਇਹਨਾਂ ਦਾ ਇਹ ਹੁੰਦਾ ਹੈ ਕਿ ਜਿਹੜੀ ਲੰਬੀ ਕਹਾਣੀ ਹੁੰਦੀ ਹੈ ਉਹ ਟਕਸਾਲੀ ਭਾਸ਼ਾ ਚ ਹੁੰਦੀ ਹੈ ਅਤੇ ਛਪਦੀ ਵੀ ਹੁੰਦੀ ਹੈ ਠੀਕ ਹੈ ਅਖਬਾਰਾਂ ਵਿੱਚ ਲਾਈਕ ਆਪਣੇ ਏਰੀਏ ਦੇ ਜਿਹੜਾ ਅਖਬਾਰ ਹੈ ਉਹਦੇ ਵਿੱਚ ਉਸ ਦੇ ਅਕੋਰਡਿੰਗ ਜਿਹੜੀ ਅਗਰ ਨਿੱਕੀ ਕਹਾਣੀ ਛਾਪ ਰਹੀ ਹੈ ਤਾਂ ਉਹ ਉਸ ਲੈਂਗੁਏਜ ਦੇ ਵਿੱਚ ਹੋਏਗੀ ਇਹਨਾਂ ਕਿ ਇਹਨਾਂ ਦਾ ਫਰਕ ਹੁੰਦਾ ਹੈ ਸੋ ਰੋਚਕਪਨ ਹੁੰਦਾ ਹੈਗਾ ਰੋਚਕਪਨ ਮਤਲਬ ਪ੍ਰੋਚਕਤਾ ਪਾਈ ਜਾਂਦੀ ਹੈ ਸਰੋਤਾਂ ਨੂੰ ਪੜਨ ਛ ਮਜ਼ਾ ਆਉਂਦਾ ਹੈ ਕਿਉਂਕਿ ਨਿੱਕੀ ਹੁੰਦੀ ਹੈਗੀ ਇਸ ਦਾ ਕਾਰ ਤਾਂ ਪੜਨ ਵਾਲਾ ਅਕਦਾ ਨਹੀਂ ਹੈਗਾ ਥਕਦਾ ਨਹੀਂ ਹੈਗਾ ਠੀਕ ਹੈ ਕੁਝ ਕ ਹੀ ਅੱਧੇ ਪੌਣੇ ਘੰਟੇ ਵਿੱਚ ਘੰਟੇ ਵਿੱਚ ਇਹ ਪੜ ਲਈ ਜਾਂਦੀ ਹੈਗੀ ਹੈ ਤੇ ਕੁਝ ਕ ਸਮੇਂ ਦੇ ਵਿੱਚ ਹੀ ਅਸੀਂ ਜਿਹੜਾ ਹੈ ਰੋਚਕ ਤੱਤ ਪ੍ਰਾਪਤ ਕਰ ਲੈਂਦੇ ਹਾਂ ਗਤੀਸ਼ੀਲਤਾ ਹੌਲੀ 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 ਇਹ ਅੱਗੇ ਵੱਧਦੀ ਹੈ ਲੇਕਿਨ ਨਿੱਕੀ ਕਹਾਣੀ ਜਿਹੜੀ ਹੈਗੀ ਲੰਬੀ ਕਹਾਣੀ ਤੋਂ ਥੋੜੀ ਤੇਜ਼ ਹੁੰਦੀ ਹੈ ਅਤੇ ਤੇਜ਼ੀ ਨਾਲ ਵੱਧਦੀ ਹੈ ਵੈਸੇ ਹੌਲੀ ਵੱਧਦੀ ਹੈਗੀ ਲੇਕਿਨ ਤੇਜ਼ੀ ਨਾਲ ਵੱਧਦੀ ਹੈ ਲੰਬੇ ਕਹਾਣੀ ਵੀ ਕਿਉਂਕਿ ਲੰਬੀ ਕਹਾਣੀ ਜਿਹੜੀ ਹੁੰਦੀ ਹੈ ਉਹ ਹੌਲੀ 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 ਜਿਹੜੀ ਹੈਗੀ ਹੈ ਅੱਗੇ ਵੱਧਦੀ ਹੈਗੀ ਹੈ ਤੇ ਨਿੱਕੀ ਕਹਾਣੀ ਜਿਹੜੀ ਹੁੰਦੀ ਹੈ ਇਸ ਤਰ੍ਹਾਂ ਨਹੀਂ ਹੁੰਦੀ ਨਾਵਲ ਵਾਂਗੂ ਲਮਕਾ ਕੇ ਨਹੀਂ ਕਿਸੇ ਘਟਨਾ ਨੂੰ ਰੱਖਦੀ ਅਤੇ ਬੇਰਸੀ ਵੀ ਨਹੀਂ ਹੁੰਦੀ ਹੈਗੀ ਹੌਲੀ ਹੌਲੀ ਇਹ ਅੱਗੇ ਵੱਧਦੀ ਰਹਿੰਦੀ ਹੈਗੀ ਹੈ ਠੀਕ ਹੈ ਸੁਚਿਤ ਚਿੱਤਰ ਚਿੱਤਰ ਇਹ ਚਿੱਤਰ ਚਿੱਤਰਣ ਦੀ ਗੱਲ ਕਰੀਏ ਤਾਂ ਨਿੱਕੀ ਕਹਾਣੀ ਵਿੱਚ ਪਾਤਰ ਬਹੁਤ ਘੱਟ ਹੁੰਦੇ ਹਨ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਕਹਾਣੀ ਦਾ ਆਕਾਰ ਛੋਟਾ ਹੁੰਦਾ ਹੈ ਤਾਂ ਪਾਤਰ ਵੀ ਘੱਟ ਹੁੰਦੇ ਨੇ ਸਾਰੀ ਕਹਾਣੀ ਉਸੇ ਪਾਤਰ ਦੇ ਇੱਕ ਅੱਧਾ ਜਿਹੜਾ ਪਾਤਰ ਹੈ ਉਸ ਦੇ ਅਕੋਰਡਿੰਗ ਹੀ ਘੁੰਮੀ ਜਾਂਦੀ ਹੈ ਮੇਨ ਕਰੈਕਟਰ ਜਿਹੜਾ ਹੁੰਦਾ ਹੈ ਇੱਕੋ ਹੀ ਹੁੰਦਾ ਹੈ ਪਾਸ਼ਾ ਸ਼ੈਲੀ ਹੋਣੇ ਮੈਂ ਪਾਸ਼ਾ ਸ਼ੈਲੀ ਦੀ ਗੱਲ ਕਰਕੇ ਹਟੀਆਂ ਕੇ ਮੁਹਾਵਰੇ ਅਖਾਣਾ ਜੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਇਸ ਨੂੰ ਇੰਟਰਸਟਿੰਗ ਬਣਾ ਲਈ ਅਤੇ ਲੋਕਲ ਤਕਰੀਬਨ ਲੈਂਗੁਏਜ ਜਿਹੜੀ ਬਹੁਤ ਹੀ ਜ਼ਿਆਦਾ ਈਜ਼ੀ ਵਾਲੀ ਲੈਂਗੁਏਜ ਹੁੰਦੀ ਹੈ ਉਹ ਯੂਜ਼ ਕੀਤੀ ਜਾਂਦੀ ਹੈਗੀ ਹੈ ਸਮਾਜਿਕ ਮਨੋਵਿਗਿਆਨਿਕ ਆਰਥਿਕ ਮੰਤਵ ਨੂੰ ਉਜਾਗਰ ਕੀਤਾ ਜਾਂਦਾ ਹੈ ਅਤੇ ਲੋਕਲ ਭਾਸ਼ਾ ਹੀ ਤਕਰੀਬਨ ਯੂਜ਼ ਕੀਤੀ ਜਾਂਦੀ ਹੈ ਸੋ ਨਿੱਕੀ ਕਹਾਣੀ ਨਵਾਂ ਸਾਹਿਤਿਕ ਰੂਪ ਹੈਗਾ ਇਹ ਪੱਛਮੀ ਸਾਹਿਤ ਪੱਛਮੀ ਲਿਟਰੇਚਰ ਤੋਂ ਆਈ ਹੈਗੀ ਹੈ 90 ਕ ਸਾਲ ਪੁਰਾਣੀ ਹੈਗੀ ਹੈ ਅਤੇ ਅੱਜ ਦੇ ਯੁੱਗ ਵਿੱਚ ਇਹ ਬਹੁਤ ਜ਼ਿਆਦਾ ਹਰਮਨ ਪਿਆਰੀ ਹੈ ਕਿਉਂਕਿ ਲੋਕਾਂ ਕੋਲੇ ਨਾਵਲ ਮਹਾਕਾਵ ਨਾਵਲੇਟ ਪੜ੍ਹਨ ਦਾ ਟਾਈਮ ਨਹੀਂ ਆ ਕਿ ਲੰਬੇ-ਲੰਬੇ ਅਸੀਂ ਪੰਜਾਬ ਜਾਂ ਪੇजेस ਦੇ ਨਾਵਲ ਪੜ੍ਹੀਏ ਤੇ ਸਾਡੇ ਕੋਲੇ ਐਡਾ ਟਾਈਮ ਨਹੀਂ ਹੈਗਾ ਤੋਂ ਅਸੀਂ ਕਿਹੜਾ ਹੈਗਾ ਕਿ ਕਹਾਣੀਆਂ ਜਿਹੜੀਆਂ ਹੈਗੀਆਂ ਛੋਟੇ ਬੱਚਿਆਂ ਨੂੰ ਵੀ ਆਪਾਂ ਦੇ ਦਿੰਨੇ ਕਿ ਕਹਾਣੀਆਂ ਪੜ੍ਹੋ ਸੋ ਛੋਟੀਆਂ-ਛੋਟੀਆਂ ਸ਼ਾਰਟ ਸਟੋਰੀਜ਼ ਹੁੰਦੀਆਂ ਨੇ ਜਿਹੜੀਆਂ ਕਿ ਬਹੁਤ ਇੰਟਰਸਟਿੰਗ ਹੁੰਦੀਆਂ ਨੇ ਕਈ ਵਾਰ ਵਿਦ ਪਿਕਚਰਜ਼ ਵੀ ਆਪਾਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਚੀਜ਼ ਦੇ ਦਨੇ ਆ ਸੋ ਇਹ ਜਿਹੜੀ ਹੈਗੀ ਸਾਡੀ ਰੁਚੀ ਨੂੰ ਪੜਨ ਵਾਲੇ ਜਿਹੜੇ ਪੜਨ ਦੇ ਵਿੱਚ ਇੰਟਰਸਟਿਡ ਨੇ ਠੀਕ ਹੈ ਬੁక్స్ ਪੜਨ ਦਾ ਸ਼ੌਂਕ ਹੁੰਦਾ ਤਾਂ ਉਹਨਾਂ ਨੂੰ ਜਲਦੀ ਸ਼ਾਂਤ ਕਰਦੇ ਨੇ ਬਿਕੋਜ਼ ਬਹੁਤ ਇੰਟਰਸਟਿੰਗ ਚੀਜ਼ਾਂ ਹੁੰਦੀਆਂ ਨੇ ਦੇ ਵਿੱਚ ਅਤੇ 2500 ਤੋਂ 10000 ਦੇ ਤਕਰੀਬਨ ਸ਼ਬਦ ਇਹਦੇ ਵਿੱਚ ਹੁੰਦਾ ਮਤਲਬ 2500 ਤੋਂ ਉੱਪਰ ਹੁੰਦੇ ਨੇ ਲੇਕਿਨ ਅਗਰ ਜੇ ਆਪਾਂ ਮਿਨੀ ਕਹਾਣੀ ਦੀ ਗੱਲ ਕਰੀਏ ਤਾਂ ਮਿਨੀ ਕਹਾਣੀ ਵਿੱਚ 2500 ਤੋਂ ਥੱਲੇ ਜਿਹੜੇ ਹੈਗੇ ਨੇ ਵਰਡਸ ਹੁੰਦੇ ਨੇ ਨਿੱਕੀ ਕਹਾਣੀ ਵਿੱਚ 2500 ਤੋਂ 10000 ਤੱਕ ਅਤੇ ਮਿੰਨੀ ਕਹਾਣੀ ਦੇ ਵਿੱਚ 2500 ਦੇ ਤੱਕ ਜਿਹੜੇ ਹੁੰਦੇ ਨੇ ਵਰਡਸ ਹੁੰਦੇ ਨੇ ਸੋ ਇਹ ਵੀ ਇਹਨਾਂ ਦਾ ਮਿੰਨੀ ਅਤੇ ਨਿੱਕੀ ਕਹਾਣੀ ਦਾ ਡਿਫਰੈਂਸ ਹੈ ਲੰਮੀ ਕਹਾਣੀ ਦੀ ਗੱਲ ਕਰੀਏ ਤਾਂ ਲੰਮੀ ਕਹਾਣੀ ਵੀ ਸਾਹਿਤ ਦਾ ਰੂਪ ਹੈ ਜਿੱਦਾਂ ਨਿੱਕੀ ਕਹਾਣੀ ਸੀ ਸਾਹਿਤ ਦਾ ਰੂਪ ਇਹ ਵੀ ਹੈਗੀ ਹੈ ਸੋ ਇਹਦੇ ਵਿੱਚ ਜਿਹੜੇ ਹੁੰਦੇ ਨੇ 10000 ਤੋਂ ਉੱਤੇ ਵਰਡਸ ਹੁੰਦੇ ਨੇ ਨਿੱਕੀ ਕਹਾਣੀ ਚ ਆਪਾਂ ਕੀ ਪੜਿਆ 2500 ਤੋਂ 10000 ਤੱਕ ਲੇਕਿਨ 10000 ਤੋਂ ਉੱਤੇ ਵਾਲੇ ਸ਼ਬਦ ਹੁੰਦੇ ਆ ਮਤਲਬ 10000 ਤੋਂ ਜ਼ਿਆਦਾ ਸ਼ਬਦ ਹੁੰਦੇ ਆ ਲੰਮੀ ਕਹਾਣੀ ਚ ਇਹ ਲੰਬੀ ਹੁੰਦੀ ਹੈਗੀ ਹੈ ਕਦੇ-ਕਦੇ ਪੜਨ ਵਾਲਾ ਥੋੜਾ-ਥੋੜਾ ਬੋਰ ਹੋ ਜਾਂਦਾ ਹੈ ਕਈ ਵਾਰ ਜਿਹੜੀ ਹੁੰਦੀਆਂ ਕਹਾਣੀਆਂ ਲੰਮੀਆਂ ਕਹਾਣੀਆਂ ਨਾਵਲ ਵਾਂਗੂ ਹੀ ਮਤਲਬ ਐਡੀਆਂ ਲੰਬੀਆਂ ਹੋ ਜਾਂਦੀਆਂ ਲੇਕਿਨ ਕਿਉਂ ਤਾਂ ਅਸੀਂ ਡਿਫਰੈਂਸ ਕੀ ਪੜਦੇ ਹਾਂ ਕਿ ਲੰਬੀ ਕਹਾਣੀ ਦੇ ਵਿੱਚ ਕਰੈਕਟਰ ਜਿਹੜੇ ਹੁੰਦੇ ਨੇ ਘੱਟ ਹੁੰਦੇ ਨੇ ਲੇਕਿਨ ਨਾਵਲ ਦੇ ਵਿੱਚ ਕਰੈਕਟਰ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਕਈ ਵਾਰ ਜਦੋਂ ਇਹ ਰੂਪ ਤਾਰਨ ਕਰ ਲੈਂਦੀ ਹੈ ਨਾਵਲ ਦਾ ਤਾਂ ਅਸੀਂ ਇਸ ਦਾ ਡਿਫਰੈਂਸ ਕਿਵੇਂ ਦੇਖਦੇ ਹਾਂ ਕਿ ਇਹਦੇ ਅਗਰ ਕਰੈਕਟਰ ਘੱਟ ਹੈ ਤਾਂ ਇਹ ਕਹਾਣੀ ਹੈ ਲੰਬੀ ਕਹਾਣੀ ਹੈ ਅਗਰ ਕਰੈਕਟਰ ਜ਼ਿਆਦਾ ਨੇ ਤਾਂ ਇਹ ਨਾਵਲ ਹੈ ਠੀਕ ਹੈ ਜੀ ਸੋ 1965 ਦੇ ਵਿੱਚ ਇਜ਼ੀ ਸਭ ਤੋਂ ਪਹਿਲਾਂ ਜਿਹੜੀ ਯੂਜ਼ ਕੀਤਾ ਸੀਗਾ ਲੰਮੀ ਕਹਾਣੀ ਵਰਡ ਠੀਕ ਹੈ ਲੰਮੀ ਕਹਾਣੀ ਬਾਰੇ ਜਿਹਨੇ ਜ਼ਿਕਰ ਕੀਤਾ ਸੀ ਜਗਜੀਤ ਸਿੰਘ ਛਾਬੜਾ ਨੇ ਕੀਤਾ ਸੀ ਲੰਮੀ ਕਹਾਣੀ ਨਾਮ ਤੇ ਇਹਨਾਂ ਨੇ ਇੱਕ ਰਾਈਟਿੰਗ ਲਿਖੀ ਸੀ ਸੋ ਪੰਜਾਬੀ ਕਹਾਣੀ ਦੇ ਵਿੱਚ ਜਿਹੜਾ ਹੁੰਦਾ ਹੈ ਲੰਮੀ ਕਹਾਣੀ ਸੁਭਾਅ ਦੇ ਵਿੱਚ ਥੋੜੀ ਜੀ ਜਟਿਲ ਹੁੰਦੀ ਹੈ ਥੋੜੀ ਜੀ ਮੁਸ਼ਕਿਲ ਹੁੰਦੀ ਹੈ ਹੌਲੀ-ਹੌਲੀ ਸਮਝ ਆਂਦੀ ਹੈਗੀ ਹੈ ਸਾਨੂੰ ਪਹਿਲਾਂ-ਪਹਿਲਾਂ ਪਤਾ ਨਹੀਂ ਲੱਗਦਾ ਹੈਗਾ ਕਹਾਣੀ ਪੜਕ ਕੇ ਕਿ ਅੱਗੇ ਕੀ ਹੋਏਗਾ ਠੀਕ ਹੈ ਸੋ ਇਹ ਲੰਬੀ ਹੁੰਦੀ ਹੈ ਖੁੱਲੇ ਸਰੂਪ ਦੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕਾਫੀ ਸਾਰੇ ਪੇजेस ਹੁੰਦੇ ਨੇ ਕਾਫੀ ਸਾਰੇ ਮਤਲਬ ਕਿ ਕਰੈਕਟਰ ਆ ਜਾਂਦੇ ਨੇ ਸੋ ਇਹ ਜਿਹੜਾ ਹੈਗਾ ਸਾਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਆਕਾਰ ਲੰਮਾ ਹੈਗਾ ਤਾਂ ਹੀ ਆਪਾਂ ਇਹਨੂੰ ਲੰਮੀ ਕਹਾਣੀ ਕਹਿੰਦੇ ਆ 10000 ਤੋਂ ਜ਼ਿਆਦਾ ਇਹਦੇ ਛ ਵਰਡਸ ਹੁੰਦੇ ਨੇ ਜਟਿਲ ਹੁੰਦੇ ਨੇ ਪਾਤਰ ਵੀ ਜ਼ਿਆਦਾ ਹੁੰਦੇ ਨੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਠੀਕ ਹੈ ਗੁੰਝਲਦਾਰ ਸਮੱਸਿਆਵਾਂ ਦੇ ਉੱਤੇ ਆਧਾਰਿਤ ਹੁੰਦੀ ਹੈ ਗਿਆ ਸੋਸ਼ਲ ਇਸ਼ੂਜ਼ ਹੋ ਸਕਦੇ ਨੇ ਕੋਈ ਮਨੋਵਿਗਿਆਨਿਕ ਇਸ਼ੂ ਹੋ ਸਕਦਾ ਹੈ ਸੋ ਐਦਾ ਕੋਈ ਆਰਥਿਕ ਵਿਸ਼ਾ ਵਿਸ਼ੇ ਹੋ ਸਕਦਾ ਹੈਗਾ ਰਾਜਨੀਤਿਕ ਵਿਸ਼ਾ ਹੋ ਸਕਦਾ ਸੋ ਐਦਾਂ ਜਿਹੜੀਆਂ ਹੁੰਦੀਆਂ ਕਹਾਣੀਆਂ ਇਹ ਵੱਖ-ਵੱਖ ਪ੍ਰਸਥਿਤੀਆਂ ਦੇ ਅਕੋਰਡਿੰਗ ਹੁੰਦੀਆਂ ਸਿਚੁਏਸ਼ਨ ਇਹਦੇ ਵਿੱਚ ਥੋੜੀਆਂ ਜਿਹਾ ਜ਼ਿਆਦਾ ਹੁੰਦੀਆਂ ਲੇਕਿਨ ਨਿੱਕੀ ਕਹਾਣੀ ਵਿੱਚ ਇੱਕ ਸਿਚੁਏਸ਼ਨ ਦੇ ਉੱਤੇ ਹੀ ਉਸ ਦਾ ਇੱਕੋ ਹੀ ਪੱਖ ਦੱਸਿਆ ਜਾਂਦਾ ਹੈ ਪਾਤਰ ਚਿੱਤਰਣ ਹੋਣੇ ਕਿ ਆ ਕਿ ਹਟੀਆਂ ਕਿ ਤਿੰਨ ਜਾਂ ਚਾਰ ਤੋਂ ਜ਼ਿਆਦਾ ਵੀ ਪਾਤਰ ਹੋ ਸਕਦੇ ਨੇ ਤਿੰਨ ਚਾਰ ਵੀ ਹੋ ਸਕਦੇ ਨੇ ਲੇਕਿਨ ਮੇਨ ਜਿਹੜੇ ਹੁੰਦੇ ਨੇ ਦੋ ਤਿੰਨ ਮੇਨ ਹੁੰਦੇ ਨੇ ਹਰੇਕ ਕਰੈਕਟਰ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਜੇ ਥਾਰਥ ਹੋਣਾ ਐਦਾ ਲੱਗਦਾ ਕਿ ਰੀਅਲ ਚ ਇਹ ਕਰੈਕਟਰ ਐਦਾਂ ਦੀ ਲਾਈਫ ਜਿਉਂਦਾ ਸੋ ਸਾਨੂੰ ਇੰਟਰਸਟ ਆਉਂਦਾ ਇਹਨੂੰ ਪੜ੍ਹ ਕੇ ਸਜੀਵਤਾ ਜਿਹੜੀ ਹੁੰਦੀ ਆ ਬਣੀ ਰਹਿੰਦੀ ਹੈ ਭਾਸ਼ਾ ਜਿਹੜੀ ਹੁੰਦੀ ਹੈ ਭਾਸ਼ਾ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਇਹ ਜਿਹੜਾ ਹੁੰਦਾ ਹੈ ਲੋਕਲ ਭਾਸ਼ਾ 'ਚ ਨਹੀਂ ਹੁੰਦਾ ਟਕਸਾਲੀ ਭਾਸ਼ਾ ਦੇ ਵਿੱਚ ਹੁੰਦਾ ਹੈਗਾ ਸੋ ਤਾਂ ਕਰਕੇ ਜਿਹੜਾ ਹੈ ਕਾਫੀ ਸਾਰੇ ਸ੍ਰੋਤੇ ਇਸ ਨੂੰ ਪੜ ਸਕਦੇ ਨੇ ਜਰਬੇ ਅਤੇ ਬਿਰਤਾਂਤ ਦੀ ਵੀ ਜਿਹੜਾ ਹੈਗਾ ਇਸ ਦਾ ਇਹ ਵਿੱਚ ਯੂਜ਼ ਕੀਤਾ ਜਾਂਦਾ ਮੁਹਾਵਰੇ ਅਤੇ ਅਖਾਂ ਤਾਂ ਜਿਹੜੀਆਂ ਹੁੰਦੀਆਂ ਆਖਾਣਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਰੋਚਕਤਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਲੇਕਿਨ ਨਿੱਕੀ ਕਹਾਣੀ ਤੋਂ ਜ਼ਿਆਦਾ ਰੋਚਕਤਾ ਇਸ ਚ ਨਹੀਂ ਪਾਈ ਜਾਂਦੀ ਉਸ ਦੇ ਵਿੱਚ ਥੋੜੀ ਰੋਚਕਤਾ ਜ਼ਿਆਦਾ ਪਾਈ ਜਾਂਦੀ ਹੈ ਕਿਉਂਕਿ ਆਪਾਂ ਐਟ ਦਾ ਐਂਡ ਫਟਾਫਟ ਫਟਾਫਟ ਜਿਹੜਾ ਹੈ ਪੜ ਕੇ ਐਂਡ ਤੇ ਪਹੁੰਚਦੇ ਆ ਲੇਕਿਨ ਇਹਦੇ ਵਿੱਚ ਰੋਚਕਤਾ ਪਾਈ ਜਾਂਦੀ ਹੈ ਪਰ ਇਸ ਦੇ ਵਿੱਚ ਨਿੱਕੀ ਕਹਾਣੀ ਦੇ ਵਾਂਗੂ ਇੱਕ ਪੱਖ ਪੇਸ਼ ਨਹੀਂ ਕੀਤਾ ਜਾਂਦਾ ਵੱਖ-ਵੱਖ ਕਲੀਅਰਸ ਹੁੰਦੀਆਂ ਲਾਈਕ ਇੱਕ ਅਗਰ ਅਸੀਂ ਇਸ਼ੂ ਚੱਕਿਆ ਤਾਂ ਉਹਦੇ ਵਿੱਚ ਵੱਖ-ਵੱਖ ਇਸ਼ੂ ਜਿਹੜੇ ਨੇ ਵੱਖ-ਵੱਖ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਤਾਂ ਕਰਕੇ ਥੋੜੀ ਲੰਬੀ ਬਣ ਜਾਂਦੀ ਹੈ ਸੋ ਉਹਦੇ ਵਿੱਚ ਕੀ ਸੀ ਨੀ ਕੀ ਖਾਣੀ ਚ ਇੱਕ ਹੀ ਪੱਖ ਦੀ ਸਾਰਾ ਕੁਝ ਦੇਖਿਆ ਜਾਂਦਾ ਇਹਦੇ ਵਿੱਚ ਇੱਕ ਪੱਖ ਦੀ ਵੱਖ-ਵੱਖ ਚੀਜ਼ਾਂ ਦੇਖੀਆਂ ਜਾਂਦੀਆਂ ਵੱਖ-ਵੱਖ ਵਿਸ਼ਿਆਂ ਦੇ ਨਾਲ ਜੁੜੀ ਹੋਈ ਹੁੰਦੀ ਹੈ ਸੋ ਉਹ اے ਜਿਹੜਾ ਹੈਗਾ ਇਹਨਾਂ ਦਾ ਡਿਫਰੈਂਸ ਹੈ ਉਦੇਸ਼ ਦੀ ਗੱਲ ਕਰੀਏ ਤਾਂ ਲੰਮੀ ਕਹਾਣੀ ਦਾ ਉਦੇਸ਼ ਜਿਹੜਾ ਹੁੰਦਾ ਹੈ ਜੀਵਨ ਨੂੰ ਪੇਸ਼ ਕਰਨਾ ਜੀਵਨ ਦੇ ਪੱਖਾਂ ਨੂੰ ਐਜਾ ਉਜਾਗਰ ਕਰਨਾ ਹੁੰਦਾ ਹੈ ਅਤੇ ਵਰਤਮਾਨ ਜਿਹੜੇ ਹੁੰਦੇ ਨੇ ਇਸ਼ੂਜ਼ ਨੂੰ ਉਜਾਗਰ ਕਰਨਾ ਹੁੰਦਾ ਹੈ ਜਿਹੜੀ ਲੰਮੀ ਕਹਾਣੀ ਦਾ ਉਦੇਸ਼ ਹੁੰਦਾ ਹੈ ਸੋ ਇਸ ਆਉ ਦੇਸ਼ ਜ਼ਰੂਰ ਹੁੰਦਾ ਕੋਈ ਨਾ ਕੋਈ ਮੋਹਨ ਪੰਡਾਰੀ ਪ੍ਰੇਮ ਪ੍ਰਕਾਸ਼ ਵਰਯਮ ਸਿੰਘ ਸੰਦੂ ਅਤਰਜੀਤ ਰਗੂਵੀਰ ਚੰਡ ਜਰਨੈਲ ਸਿੰਘ ਅਮਨਪਾਲ ਸਾਰਾ ਬਲਵਿੰਦਰ ਸਿੰਘ ਘਰੇਵਾਲ ਜਿਹੜੇ ਨੇ ਲੰਮੀ ਕਹਾਣੀ ਦੇ ਰਾਈਟਰਸ ਆ ਇਹ ਇਹ ਜਿਹੜੇ ਹੈਗੇ ਬਹੁਤ ਫੇਮਸ ਕਹਾਣੀਆਂ ਲਿਖਦੇ ਨੇ ਲੰਬੀਆਂ ਕਹਾਣੀਆਂ ਹੋਣ ਗੱਲ ਕਰਦੇ ਹਾਂ ਮਿੰਨੀ ਕਹਾਣੀ ਕਿਉਂਕਿ ਮਿੰਨੀ ਕਹਾਣੀ ਅਤੇ ਨਿੱਕੀ ਕਹਾਣੀ ਦੋਨਾਂ ਵਿੱਚ ਬੱਚੇ ਬਹੁਤ ਕਨਫਿਊਜ਼ ਹੁੰਦੇ ਨੇ ਸੋ ਮਿੰਨੀ ਕਹਾਣੀ ਅਤੇ ਨਿੱਕੀ ਕਹਾਣੀ ਚ ਡਿਫਰੈਂਸ ਡਿਫਰੈਂਸ ਆਪਾਂ ਐਂਡ ਦੇ ਵਿੱਚ ਦੱਸਾਂਗੇ ਲੇਕਿਨ ਹੁਣ ਜਦੋਂ ਤੁਸੀਂ ਇਸ ਨੂੰ ਪੜੋਗੇ ਤਾਂ ਤੁਹਾਨੂੰ ਸਮਝ ਆ ਜਾਵੇਗਾ ਮਿੰਨੀ ਕਹਾਣੀ ਜਿਹੜੀ ਹੁੰਦੀ ਹੈ ਇੱਕ ਸੁਤੰਤਰ ਵਿਦਾ ਅਤੇ ਵਿਕਾਸ ਵੱਜੋ ਕੰਮ ਕਰੀਆ ਇਸ ਟਾਈਮ ਮਿੰਨੀ ਕਹਾਣੀ ਅਤੇ ਨਿੱਕੀ ਕਹਾਣੀਆਂ ਬਹੁਤ ਫੇਮਸ ਹੋ ਰਹੀਆਂ ਕਿਉਂਕਿ ਜਿਹੜੀਆਂ ਹੈਗੀਆਂ ਇਹ ਰਾਮਨਾਲ ਪੜੀਆਂ ਜਾਂਦੀਆਂ ਹੈ ਸ਼ਾਰਟ ਟਾਈਮ ਚ ਪੜੀਆਂ ਜਾਂਦੀਆਂ ਹੈ ਸ਼ਾਰਟ ਹੁੰਦੀਆਂ ਨੇ ਇਹਨਾਂ ਦਾ ਆਕਾਰ ਜਿਹੜਾ ਹੁੰਦਾ ਹੈ ਛੋਟਾ ਹੁੰਦਾ ਤਾਂ ਕਰਕੇ ਜਲਦੀ ਜਲਦੀ ਪੜਿਆ ਜਾਂਦਾ ਲੇਕਿਨ ਮਿੰਨੀ ਕਹਾਣੀ ਜਿਹੜੀ ਹੈਗੀ ਹੈ 2500 ਵਰਡਸ ਤੱਕ ਹੀ ਹੁੰਦੀ ਹੈ ਛੋਟੀ ਹੁੰਦੀ ਹੈ ਨਿੱਕੀ ਕਹਾਣੀ 2500 ਤੋਂ 10000 ਤੱਕ ਵਰਡਸ ਹੁੰਦੇ ਹਨ ਲੇਕਿਨ ਲੰਮੀ ਕਹਾਣੀ ਵਿੱਚ 10000 ਤੋਂ ਜ਼ਿਆਦਾ ਵਰਡਸ ਹੁੰਦੇ ਹਨ ਸੋ ਸਮੇਦੀ ਕਾਠ ਵਿੱਚ ਇਹ ਬਹੁਤ ਹਰਮਨ ਪਿਆਰੀ ਹੋ ਰਹੀ ਹੈ ਤੇਜ਼ ਰਫਤਾਰ ਵਾਲੇ ਜੀਵਨ ਦੇ ਵਿੱਚ ਇਹ ਜ਼ਿਆਦਾਤਰ ਪੜ੍ਹੀ ਜਾਂਦੀ ਹੈਗੇ ਬਹੁਤ ਸਾਰੇ ਸਰੋਤਾ ਇਹਨੂੰ ਪੜ੍ਹਦੇ ਨੇ 1970 ਦੀ ਦਹਾਕੇ ਤੋਂ ਹੀ ਅੱਗੇ ਵਧ ਰਹੀ ਹੈ ਇਹਨੂੰ ਲਘੂ ਕਥਾ ਵੀ ਹਿੰਦੀ ਚ ਕਿਹਾ ਜਾਂਦਾ ਹੈ ਮਿਨੀ ਸਟੋਰੀਜ਼ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਨਿੱਕੀ ਕਹਾਣੀ ਮਿਨੀ ਕਹਾਣੀ ਵਾਂਗ ਹੀ ਆਕਾਰ ਦੇ ਵਿੱਚ ਕੀ ਹੁੰਦੀ ਹੈ ਛੋਟੀ ਹੁੰਦੀ ਹੈ ਅਤੇ ਇਸ ਦਾ ਅਰਥ ਜਿਹੜਾ ਹੁੰਦਾ ਥੋੜਾ ਗੁੱਝਾ ਹੁੰਦਾ ਹੈ ਨਿੱਕੀ ਕਹਾਣੀ ਦੇ ਵਿੱਚ ਜਿਹੜਾ ਅਰਥ ਹੁੰਦਾ ਉਹ ਸਿੰਪਲ ਹੁੰਦਾ ਲੇਕਿਨ ਇਹਦੇ ਵਿੱਚ ਥੋੜਾ ਜਿਆਦਾ ਡਿਫਿਕਲਟ ਹੁੰਦਾ ਠੀਕ ਹੈ ਐਟ ਦਾ ਐਂਡ ਸਾਨੂੰ ਪਤਾ ਲੱਗਦਾ ਕਿ ਇਹ ਚੀਜ਼ ਕਿਉਂ ਈ ਕਿਵੇਂ ਹੋਈ ਤਾਂ ਸਾਡਾ ਮਨ ਜਿਹੜਾ ਹੈ ਨਾ ਦਿਮਾਗ ਹੈਗਾ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਮਿੰਨੀ ਕਹਾਣੀ ਵਿੱਚ ਲੇਕਿਨ ਨਿੱਕੀ ਕਹਾਣੀ ਵਿੱਚ ਨਹੀਂ ਉਹ ਇੰਟਰਸਟਿੰਗ ਲੈਵਲ ਦੇ ਉੱਤੇ ਹੁੰਦੀਆਂ ਨੇ ਲੇਕਿਨ ਇਹਨਾਂ ਦੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਜਿਹੜਾ ਹੈ ਕੁਐਸਚਨਿੰਗ ਜ਼ਰੂਰ ਪੁੱਜੀ ਜਾਂਦੀ ਹੈ ਕਿ ਐਦਾਂ ਕਿਵੇਂ ਹੋਇਆ ਕਿਉਂ ਹੋਇਆ ਨਾ ਸਾਡੇ ਦਿਮਾਗ ਜਿਹੜਾ ਘੁੰਮਦਾ ਰਹਿੰਦਾ ਹੈਗਾ ਇਸ ਤੇ ਵਿੱਚ ਥੋੜੇ ਸ਼ਬਦਾ ਵਿੱਚ ਬਹੁਤ ਕੁਝ ਗੱਲ ਜਿਵੇਂ ਕੁਜੇ ਚ ਕਹਿੰਦੇ ਨੇ ਸਮੁੰਦਰ ਤਾਂ ਉਹ ਚੀਜ਼ ਇਹਦੇ ਵਿੱਚ ਹੁੰਦੀ ਹੈ ਕਿ ਸ਼ਾਰਟ ਹੁੰਦੀ ਹੈ ਬਹੁਤ ਸ਼ਾਰਟ ਹੁੰਦੀ ਹੈਗੀ ਹੈ ਤੇ ਉਹਦੇ ਵਿੱਚ ਕਾਫੀ ਕੁਝ ਦੱਸਿਆ ਗਿਆ ਹੁੰਦਾ ਸੋ ਥੋੜੇ ਵਿੱਚ ਬਹੁਤਾ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਇਹਦਾ ਅਰਥ ਜਿਹੜਾ ਹੁੰਦਾ ਡੂੰਗਾ ਹੁੰਦਾ ਹੈਗਾ ਆਕਾਰ ਚ ਛੋਟੀ ਹੁੰਦੀ ਹੈ ਲੇਕਿਨ ਮਨੁੱਖ ਦੇ ਭਾਵਾਂ ਨੂੰ ਟੁੰਬਦੀ ਜਾਂਦੀ ਹੈ ਸਾਨੂੰ ਅੰਦਰ ਤੋਂ ਤੱਕ ਜਿਹੜਾ ਹੈਗਾ ਇਹ ਝੰਜੋੜ ਜਾਂਦੀ ਹੈ ਸੂਖਮ ਹੁੰਦੀ ਹੈ ਬਹੁਤ ਜ਼ਿਆਦਾ ਈਜ਼ੀ ਅਗਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਤਾਂ ਦੀ ਗੱਲ ਕਰੀਏ ਤਾਂ ਮਿੰਨੀ ਕਹਾਣੀ ਦੇ ਤੱਤ ਜਿਹੜੇ ਨੇ ਉਹ ਇਸ ਪ੍ਰਕਾਰ ਨੇ ਅਕਾਰ ਦੇ ਵਿੱਚ ਇਹ ਨਿੱਕੀ ਕਹਾਣੀ ਵਾਂਗੂ ਛੋਟੀ ਹੁੰਦੀ ਹੈ ਪਰ ਥੋੜੇ ਦੇ ਵਿੱਚ ਬਹੁਤ ਹੀ ਗੱਲ ਕਰਕੇ ਜਾਂਦੀ ਹੈਗੀ ਆ ਤੇ ਅੱਧੇ ਕ పేਜ ਦੀ ਤਕਰੀਬਨ ਹੀ ਹੁੰਦੀ ਹੈਗੀ ਆ ਵਿਅੰਗਾਤਮਕ ਵਿਸਫੋਟਕ ਹੁੰਦੀ ਹੈ ਤੇ ਸਾਨੂੰ ਇਹ ਚੀਜ਼ ਬਿਲਕੁਲ ਝੰਜੋੜ ਕੇ ਰੱਖ ਦਿੰਦੀ ਹੈ ਕਿ ਐਦਾਂ ਵੀ ਸੀ ਐਦਾਂ ਵੀ ਹੋ ਸਕਦਾ ਸੋ ਮਿੰਨੀ ਕਹਾਣੀ ਇਹ ਸੋਚਣ ਲਈ ਸਾਨੂੰ ਮਜਬੂਰ ਕਰਦੀ ਹੈ ਨਿੱਕੀ ਕਹਾਣੀ ਚ ਐਸਾ ਨਹੀਂ ਹੁੰਦਾ ਹੈਗਾ ਕੈਰੈਕਟਰਾਂ ਦੀ ਗੱਲ ਕਰੀਏ ਚਰਿੱਤਰ ਨਿਰਮਾਣ ਚਰਿੱਤਰ ਜਿਹੜੇ ਹੁੰਦੇ ਨੇ ਉਹ ਗੰਤੀ ਚ ਥੋੜੇ ਹੁੰਦੇ ਨੇ ਤੇ ਇੱਕ ਅਦੇ ਪਾਤਰ ਦੇ ਦੁਆਲੇ ਵਿਸ਼ੇਸ਼ ਪਾਤਰ ਦੇ ਦੁਆਲੇ ਹੀ ਜਿਹੜੀ ਕਹਾਣੀ ਹੈਗੀ ਆ ਘੁੰਮਦੀ ਰਹਿੰਦੀ ਹੈ ਭਾਸ਼ਾ ਜਿਹੜੀ ਹੁੰਦੀ ਹੈ ਬਹੁਤ ਰੋਚਕ ਹੁੰਦੀ ਹੈ ਅਤੇ ਇਹ ਤੇਜ਼ ਚਾਲ ਨਾਲ ਚਲਦੀ ਹੈਗੀ ਹੈ ਜਿਵੇਂ ਕੋੜ ਦੌੜ ਨਿੱਕੀ ਕਹਾਣੀ ਚ ਸੀ ਉਦਾਂ ਹੀ ਹੈ ਲੇਕਿਨ ਟਿਕ ਟਿੱਕੇ ਵੀ ਇਹ ਚਲਦੀ ਹੈ ਭਾਸ਼ਾ ਜੀ ਦੀ ਕੇਂਦਰੀ ਹੁੰਦੀ ਹੈ ਲੋਕਲ ਭਾਸ਼ਾ ਨਹੀਂ ਹੁੰਦੀ ਜਿਵੇਂ ਨਿੱਕੀ ਕਹਾਣੀ ਚ ਹੁੰਦੀ ਹੈ ਮੁਹਾਵਰੇ ਆਖਣ ਵਰਤੇ ਜਾਂਦੇ ਨੇ ਅਤੇ ਚੁਸਤ ਭਾਸ਼ਾ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈਗੀ ਆ ਉਦੇਸ਼ ਜਿਹੜੇ ਨੇ ਇਸ ਦੇ ਵੀ ਉਦੇਸ਼ ਹੁੰਦੇ ਨੇ ਖਾਸ ਇੱਕ ਪਹਿਲੂ ਹੁੰਦਾ ਉਸ ਦੇ ਉੱਤੇ ਹੀ ਸੋਚਣ ਸ਼ਕਤੀ ਲਈ ਮਜਬੂਰ ਕੀਤਾ ਜਾਂਦਾ ਸਾਨੂੰ ਇਸ ਦਾ ਵਿਸ਼ਾ ਕੋਈ ਵੀ ਹੋ ਸਕਦਾ ਪਰ ਯਥਾਰਥ ਤਕਰੀਬਨ ਇਹ ਸੋਸ਼ਲ ਜਿਹੜੇ ਇਸ਼ੂਜ਼ ਇਸ ਟਾਈਮ ਦੇ ਪ੍ਰੈਜ਼ੈਂਟ ਚੱਲ ਰਹੇ ਨੇ ਉਸ ਤੇ ਆਧਾਰਿਤ ਹੁੰਦੀਆਂ ਫੇਰ ਇਹ ਰੋਚਕਤਾ ਪਾਈ ਜਾਂਦੀ ਹੈ ਕਿ ਮਿੰਨੀ ਕਹਾਣੀ ਦੇ ਵਿੱਚ ਰੋਚਕਤਾ ਥੋੜੀ ਜਿਹੀ ਘੱਟ ਹੁੰਦੀ ਹੈ ਕਿਉਂਕਿ ਸੋਚਣ ਸ਼ਕਤੀ ਮਜਬੂਰ ਕਰਦੀ ਹੈ ਲੇਕਿਨ ਨਿੱਕੀ ਕਹਾਣੀ ਦੇ ਵਿੱਚ ਰੋਚਕਤਾ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਇਸ ਦੇ ਵਿੱਚ ਸੋਚਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਨਿੱਕੀ ਕਹਾਣੀ ਵਿੱਚ ਘਟ ਨਿੱਕੀ ਕਹਾਣੀ ਤੋਂ ਸੌਰੀ ਘਟੇ ਦੇ ਵਿੱਚ ਰੋਚਕਤਾ ਹੁੰਦੀ ਹੈ ਨਿੱਕੀ ਕਹਾਣੀ ਚ ਜ਼ਿਆਦਾ ਰੋਚਕਤਾ ਇਸ ਚ ਥੋੜੀ ਜੀ ਉਸ ਤੋਂ ਘੱਟ ਹੁੰਦੀ ਹੈ ਘਟਨਾਵਾਂ ਵਿਸਥਾਰ ਪੂਰਵਕ ਦੱਸੀਆਂ ਜਾਂਦੀਆਂ ਲੇਕਿਨ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਹੈਗਾ ਸਾਰੀਆਂ ਘਟਨਾਵਾਂ ਦੱਸ ਦਿੱਤੀਆਂ ਜਾਂਦੀਆਂ ਤੇ ਬੋਰਨੀਏ ਹੋਣ ਦਿੰਦੀ ਪੰਜਾਬੀ ਮਿੰਨੀ ਕਹਾਣੀ ਦੇ ਵਿੱਚ ਬਹੁਤ ਸਾਰੇ ਲੇਖਕ ਨੇ ਸ਼ਾਮ ਸੁੰਦਰਦੀਪਤੀ ਹੋਗੇ ਹਰਪ੍ਰੀਤ ਰਾਣਾ ਹੋਗੇ ਸੁਧੀਰ ਹੋਗੇ ਸੁਭਾਸ਼ ਨੀਰਵ ਸਤਪਾਲ ਖੁੱਲੜ ਜਿਹੜੇ ਹੈਗੇ ਨੇ ਇਹ ਨਿੱਕੀ ਸੌਰੀ ਮਿੰਨੀ ਕਹਾਣੀ ਇਹ ਲਿਖਦੇ ਨੇ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਨਿੱਕੀ ਕਹਾਣੀ ਮਿੰਨੀ ਕਹਾਣੀ ਅਤੇ ਲੰਬੀ ਕਹਾਣੀ 'ਚ ਕੀ ਅੰਤਰ ਹੈ ਸੋ ਨਿੱਕੀ ਕਹਾਣੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਹ ਦਾ ਭਾਵੁਕ ਪੱਖ ਹੁੰਦਾ ਹੈ ਇੱਕ ਪੱਖ ਦੇ ਉਤੇ ਆਧਾਰਤ ਹੁੰਦੀ ਹੈ ਕਲਾਤਮਕ ਹੁੰਦੀ ਹੈ ਛੋਟਾ ਇਹਦਾ ਰੂਪ ਹੁੰਦਾ ਹੈਗਾ 2500 ਤੋਂ 10000 ਤਕਰੀਬਨ ਵਰਡਸ ਹੁੰਦੇ ਨੇ ਪਾਤਰ ਚਿੱਤਰਣ ਇਹਦੇ ਜਿਹੜੇ ਹੁੰਦੇ ਨੇ ਘੱਟ ਹੁੰਦੇ ਨੇ ਨਿੱਕੀ ਕਹਾਣੀ ਦੇ ਸਰਲ ਭਾਸ਼ਾ ਚ ਹੁੰਦੀ ਹੈਗੀ ਇਹ ਲੋਕਲ ਭਾਸ਼ਾ ਦੇ ਵਿੱਚ ਤਕਰੀਬਨ ਹੁੰਦੀ ਹੈ ਰੋਚਕਤਾ ਇਸ ਚ ਪਾਈ ਜਾਂਦੀ ਹੈ ਲੇਕਿਨ ਅਸੀਂ ਲੰਮੀ ਕਹਾਣੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਭਾਵਕ ਪੱਖ ਥੋੜਾ ਘੱਟ ਹੁੰਦਾ ਇਹਦੇ ਵਿੱਚ ਕਾਫੀ ਸਾਰੇ ਪੱਖ ਹੁੰਦੇ ਨੇ ਇਹਦਾ ਆਕਾਰ ਥੋੜਾ ਵੱਡਾ ਹੁੰਦਾ ਹੈਗਾ ਠੀਕ ਹੈ ਲੰਮੀ ਕਹਾਣੀ ਦਾ ਪਾਤਰ ਚਿੱਤਰਣ ਥੋੜੇ ਜ਼ਿਆਦਾ ਹੁੰਦੇ ਨੇ ਭਾਸ਼ਾ ਸਰਲ ਹੁੰਦੀ ਹੈਗੀ ਰੋਚਕਤਾ ਵੀ ਜ਼ਿਆਦਾ ਹੁੰਦੀ ਹੈ ਪਰ ਜਿਹੜਾ ਹੈ ਟਕਸਾਲੀ ਭਾਸ਼ਾ ਚ ਹੁੰਦੀ ਹੈ ਤੇ ਕਾਫੀ ਸਾਰੇ ਪੇजेस ਦੀ ਜਿਹੜੀ ਹੁੰਦੀਆਂ ਕਹਾਣੀ ਹੁੰਦੀਆਂ ਮਿੰਨੀ ਕਹਾਣੀ ਦੀ ਗੱਲ ਕਰੀਏ ਤਾਂ ਮਿੰਨੀ ਕਹਾਣੀ ਜਿਹੜੀ ਹੈਗੀ ਹੈ ਸਾਡੀ ਸੋਚ ਸ਼ਕਤੀ ਦੀ ਪਰਖ ਕਰਦੀ ਹੈਗੀ ਆ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਤਕਰੀਬਨ ਇਹ ਸੋਸ਼ਲ ਇਸ਼ੂਸ ਦੇ ਉੱਤੇ ਹੁੰਦੀ ਹੈ ਹਾਫ ਤੱਕ ਪੇजेस ਦੀ ਹੁੰਦੀ ਹੈ ਇਹ ਇੱਕ ਦੋ ਪਾਤਰ ਹੁੰਦੇ ਨੇ ਰਿਐਲਿਟੀ ਦੇ ਆਧਾਰਤ ਹੁੰਦੀ ਹੈਗੀ ਆ ਇਸ਼ੂਸ ਰਿਲੇਟਡ ਹੁੰਦੀ ਹੈਗੀ ਆ ਅਤੇ ਇਹ ਵੀ ਕੇਂਦਰੀ ਭਾਸ਼ਾ ਯਾਨੀ ਕਿ ਟਕਸਾਲੀ ਭਾਸ਼ਾ ਪੰਜਾਬੀ ਦੀ ਦੇ ਵਿੱਚ ਹੁੰਦੀ ਹੈ ਚੁਸਤ ਭਾਸ਼ਾ ਹੁੰਦੀ ਹੈ ਇਹਦੇ ਵਿੱਚ ਅਤੇ ਇਹਦੇ ਵਿੱਚ ਹਾਸਾ ਠੱਠਾ ਕੀਤਾ ਗਿਆ ਹੁੰਦਾ ਹੈਗਾ ਤੇ ਟਿਪੀਕਲ ਹੁੰਦੀ ਹੈ ਥੋੜੀ ਜੀ ਅਤੇ ਇਹਦੇ ਵਿੱਚ ਰੋਚਕਤਾ ਥੋੜੀ ਜੀ ਘੱਟ ਪਾਈ ਜਾਂਦੀ ਹੈ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ